ਸਤ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜੋਬ ਹਬ ਦੇ ਵਿੱਚ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਪੀਟ੍ਰ ਪਲਸ ਬੀ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੀਟ੍ਰ ਪਲਸ ਬੀ ਦੀ ਜੋ ਕਿ ਥੋੜੇ ਟਾਈਮ ਪਹਿਲਾਂ ਜੋ ਕਿ ਆਨਸਰ ਕੀ ਆ ਚੁੱਕੀ ਸੀ ਪ੍ਰੋਵੀਜ਼ਨਲ ਆਨਸਰ ਕੀ ਜੇਕਰ ਤੁਸੀਂ ਹਾਲੇ ਤੱਕ ਵੀ ਪ੍ਰੋਵੀਜ਼ਨਲ ਆਨਸਰ ਕੀ ਚੈੱਕ ਆਊਟ ਨਹੀਂ ਕੀਤੀ ਤਾਂ ਤੁਸੀਂ ਹੁਣ ਆਪਣੀ ਜੋ ਪ੍ਰੋਵੀਜ਼ਨਲ ਆਨਸਰ ਕੀ ਨੂੰ ਚੈੱਕ ਆਊਟ ਕਰ ਸਕਦੇ ਹੋ ਉਹ ਕਿਵੇਂ ਸਭ ਕੁਝ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੇ ਦੋਸਤੋ ਮੈਂ ਤੁਹਾਨੂੰ ਦੱਸਾਂਗਾ ਕਿ ਜੇਕਰ ਤੁਸੀਂ ਜਿਵੇਂ ਤੁਹਾਨੂੰ ਬੁੱਕਲੇਟ ਮਿਲਿਆ ਹੋਵੇਗਾ ਤੁਸੀਂ ਕਈ ਵਾਰ ਟਿਕ ਨਹੀਂ ਲਗਾਉਂਦੇ ਤਾਂ ਤੁਸੀਂ ਕਿਵੇਂ ਚੈੱਕ ਆਊਟ ਕਰ ਸਕਦੇ ਹੋ ਕਿ ਤੁਹਾਡੇ ਜੋ ਨੰਬਰ ਐਕਚੁਅਲ ਕਿੰਨੇ ਬਣਦੇ ਹਨ ਤੇ ਦੋਸਤੋ ਉਹ ਜਿਹੜੀ ਤੁਸੀਂ OMR ਸ਼ੀਟ ਤੇ ਉਹ ਤੁਸੀਂ ਸਰਕਲ ਕੀਤੀ ਸੀ ਅਤੇ ਆਪਣੇ ਆਨਸਰਾਂ ਨੂੰ ਤੁਸੀਂ ਲਗਾਇਆ ਸੀ ਤਾਂ ਉਹ ਜੋ ਕਿ ਓਐਮਆਰ ਸ਼ੀਟ ਹੈ ਉਹ ਇੱਥੇ ਆ ਚੁੱਕੀ ਹੈ ਤੇ ਤੁਸੀਂ ਆਪਣੀ ਓਐਮਆਰ ਸ਼ੀਟ ਅਤੇ ਜੋ ਤੁਹਾਡੀ ਪ੍ਰੋਵੀਜ਼ਨਲ ਆਨਸਰ ਕੀ ਹੈ ਉਸ ਨੂੰ ਦੋਨੋਂ ਨੂੰ ਮਿਲਾ ਕੇ ਤੁਸੀਂ ਆਪਣੇ ਜੋ ਨੰਬਰਾਂ ਨੂੰ ਕਾਊਂਟ ਕਰ ਸਕਦੇ ਹੋ ਸਹੀ ਤਰੀਕੇ ਦੇ ਨਾਲ ਤੇ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿਵੇਂ ਜੋ ਕਿ ਓਐਮਆਰ ਸ਼ੀਟ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਕਿਵੇਂ ਆਪਣੇ ਜੋ ਕਿ ਨੰਬਰਾਂ ਨੂੰ ਦੇਖ ਸਕਦੇ ਹੋ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਜੋ ਆਣਾ ਹੈ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਤੇ ਦੋਸਤੋ ਇਹ ਜੋ ਕਿ ਲਿੰਕ ਹੈ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਜਾਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਉੱਥੋਂ ਸਿੱਧਾ ਕਲਿੱਕ ਕਰਕੇ ਇਸ ਪੇਜ ਤੇ ਵਿਜ਼ਿਟ ਕਰ ਸਕਦੇ ਹੋ ਤੇ ਹੁਣ ਤੁਹਾਨੂੰ ਮੈਂ ਦੱਸਾਂਗਾ ਕਿ ਤੁਸੀਂ ਇਹ ਜੋ ਕਿ ਇਹ ਇੱਥੇ ਦੋ ਆਪਸ਼ਨ ਆ ਰਹੇ ਹਨ ਤੁਸੀਂ ਸਭ ਤੋਂ ਪਹਿਲੇ ਦੇਖ ਰਹੇ ਹੋ ਪਹਿਲਾ ਆਪਸ਼ਨ ਹੈ ਇੱਥੇ ਅਨਸਰ ਸ਼ੀਟ ਫੋਰੈਸਟ ਗਾਰਡ ਤੇ ਦੂਜਾ ਨੰਬਰ ਹੈ ਪ੍ਰੋਵੀਜ਼ਨਲ ਅਨਸਰ ਕੀ ਸਭ ਤੋਂ ਪਹਿਲਾਂ ਤੁਸੀਂ ਜੋ ਕਿ ਅਨਸਰ ਸ਼ੀਟ ਨੂੰ ਡਾਊਨਲੋਡ ਕਰਨਾ ਹੈ ਤੇ ਇਸ ਤੇ ਤੁਸੀਂ ਕਲਿੱਕ ਕਰ ਦੇਣਾ ਹੈ ਇੱਕ ਨੀਲੇ ਬਟਨ ਤੇ ਤੇ ਦੋਸਤੋ ਇੱਕ ਨਵਾਂ ਪੇਜ ਓਪਨ ਹੋ ਜਾਵੇਗਾ ਇੱਥੇ ਤੁਸੀਂ ਆਪਣਾ ਰੋਲ ਨੰਬਰ ਭਰਨਾ ਹੈ ਰੋਲ ਨੰਬਰ ਤੁਹਾਨੂੰ ਜੋ ਤੁਹਾਡਾ ਐਡਮਿਟ ਕਾਰਡ ਹੈ ਉੱਥੇ ਤੁਹਾਨੂੰ ਜੋ ਕਿ ਰੋਲ ਨੰਬਰ ਮਿਲ ਜਾਵੇਗਾ ਤੇ ਦੋਸਤੋ ਰੋਲ ਨੰਬਰ ਨੂੰ ਭਰ ਕੇ ਤੁਸੀਂ ਇੱਥੇ ਡੇਟ ਆਵਰਥ ਨੂੰ ਭਰਨਾ ਹੈ ਡੇਟ ਆਵਰਥ ਕਿਵੇਂ ਭਰਨੀ ਹੈ ਤੁਹਾਨੂੰ ਪਤਾ ਹੀ ਹੋਵੇਗਾ ਪਹਿਲੇ ਤੁਸੀਂ ਮੰਥ ਨੂੰ ਫਿਰ ਡੇ ਨੂੰ ਫਿਰ ਤੁਸੀਂ ਇੱਥੇ ਆਪਣੀ ਈਅਰ ਨੂੰ ਭਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਜੋ ਕਿ ਕਲਿੱਕ ਕਰ ਦੇਣਾ ਹੈ ਰੀਟ੍ਰਾਈਵ OMR ਸ਼ੀਟ ਤੇ ਦੋਸਤੋ ਇਸ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਨਵਾਂ ਪੇਜ ਜੋ ਕਿ ਓਪਨ ਹੋ ਜਾਵੇਗਾ ਇੱਥੇ ਆ ਜਾਵੇਗਾ ਡਾਊਨਲੋਡ OMR ਸ਼ੀਟ ਤੇ ਤੁਸੀਂ ਇਸ ਨੂੰ ਡਾਊਨਲੋਡ ਕਰ ਲੈਣਾ ਹੈ ਤੇ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਹੀ ਹੋਵੇਗਾ ਇਹ ਕੀ ਤੁਸੀਂ ਇਹੋ ਜੀ ਜੋ ਕਿ OMR ਸ਼ੀਟ ਇੱਕ ਭਰ ਕੇ ਆਏ ਸੀ ਜਦੋਂ ਤੁਸੀਂ ਐਗਜ਼ਾਮ ਦਿੱਤਾ ਸੀ ਤੇ ਇੱਥੇ ਤੁਹਾਡਾ ਰੋਲ ਨੰਬਰ ਸਭ ਕੁਝ ਆ ਜਾਵੇਗਾ ਇੱਥੇ ਤੁਸੀਂ ਜੋ ਆਨਸਰ ਸ਼ੀਟ ਤੇ ਜੋ ਕਿ ਟਿਕ ਕੀਤੇ ਸੀ ਬੁੱਕਲੇਟ ਨੂੰ ਦੇਖ ਕੇ ਉੱਥੇ ਸਰਕਲ ਕੀਤੇ ਸੀ ਉਹਨਾਂ ਨੂੰ ਤੁਸੀਂ ਆਪਣੀ ਜੋ ਕਿ ਪ੍ਰੋਵੀਜ਼ਨਲ ਆਨਸਰ ਕੀ ਹੈ ਉਸ ਦੇ ਨਾਲ ਮਿਲਾ ਕੇ ਆਪਣੇ ਨੰਬਰਾਂ ਨੂੰ ਦੇਖ ਸਕਦੇ ਹੋ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਬੁੱਕਲੇਟ ਤੇ ਤੁਸੀਂ ਟਿਕ ਨਹੀਂ ਲਗਾਈ ਹੁੰਦੀ ਤੇ ਤੁਸੀਂ ਕਿਵੇਂ ਜਾਣੋਗੇ ਕਿ ਮੈਂ ਕਿਹੜਾ ਜੋ ਕਿ ਉੱਥੇ ਸਹੀ ਆਨਸਰ ਨੂੰ ਜੋ ਕਿ ਟਿਕ ਕਰਕੇ ਆਇਆ ਹਾਂ ਤੇ ਦੋਸਤੋ ਇਸ ਤਰ੍ਹਾਂ ਤੁਸੀਂ ਆਪਣੇ ਜੋ ਕਿ ਆਨਸਰਾਂ ਨੂੰ ਦੇਖ ਸਕਦੇ ਹੋ ਤੇ ਆਪਣੀ ਜੋ ਕਿ ਸਹੀ ਤਰੀਕੇ ਨਾਲ ਜੋ ਆਪਣੀਆਂ ਆਨਸਰ ਕੀ ਨੂੰ ਮਲਾ ਕੇ ਸਹੀ ਨੰਬਰਾਂ ਨੂੰ ਕਾਊਂਟ ਕਰ ਸਕਦੇ ਹੋ ਤੇ ਦੋਸਤੋ ਇਸ ਤੋਂ ਬਾਅਦ ਤੁਸੀਂ ਜੋ ਕਿ ਆਨਸਰ ਸ਼ੀਟ ਨੂੰ ਜੋ ਕਿ ਪ੍ਰੋਵੀਜ਼ਨਲ ਆਨਸਰ ਸ਼ੀਟ ਹੈ ਉਸ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਇੱਥੇ ਜੋ ਕਿ ਵਿਊ ਸੈਟ ਵਾਈਜ਼ ਪ੍ਰੋਵੀਜ਼ਨਲ ਆਨਸਰ ਕੀ ਤੇ ਦੋਸਤੋ ਇਸ ਤੇ ਕਲਿੱਕ ਕਰਨਾ ਹੈ ਜੋ ਵੀ ਤੁਹਾਡਾ ਸੈਟ ਹੋਵੇਗਾ A B C D ਤੁਸੀਂ ਉਸ ਨੂੰ ਡਾਊਨਲੋਡ ਕਰ ਲੈਣਾ ਹੈ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਜੋ ਕਿ ਸੈਟ A B C D ਕੋਈ ਵੀ ਆਇਆ ਹੋਵੇਗਾ ਤੁਸੀਂ ਆਪਣੇ ਸੈਟ ਦੇ ਮੁਤਾਬਿਕ ਇਸ ਤੇ ਕਲਿੱਕ ਕਰ ਦੇਣਾ ਹੈ ਤੇ ਤੁਹਾਡੀ ਜੋ ਕਿ ਅਨਸਰ ਸ਼ੀਟ ਹੈ ਪ੍ਰੋਵੀਜ਼ਨਲ ਅਨਸਰ ਸ਼ੀਟ ਉਹ ਵੀ ਤੁਹਾਡੀ ਜੋ ਕਿ ਡਾਊਨਲੋਡ ਹੋ ਜਾਵੇਗੀ ਤੇ ਇਹਨਾਂ ਦੋਨੋਂ ਨੂੰ ਮਿਲਾ ਕੇ ਆਪਣੇ ਜੋ ਕਿ ਪ੍ਰੋਵੀਜ਼ਨਲ ਅਨਸਰ ਕੀ ਤੇ ਅਨਸਰ ਸ਼ੀਟ ਨੂੰ ਮਿਲਾ ਕੇ ਆਪਣੇ ਨੰਬਰਾਂ ਨੂੰ ਚੈੱਕ ਆਊਟ ਕਰ ਸਕਦੇ ਹੋ ਤੇ ਆਈ ਹੋਪ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈ ਹਿੰਦ ਚੈ